17 ਘੰਟਾ ਪਹਿਲਾਂ ਫੋਨ ਆਇਆ ਸੀਗਾ ਜੀ ਜੀ ਤੇ ਕਹਿੰਦੇ ਵੀ ਖਵਾਉਣ ਕਾਰ ਰੋਕ ਲੱਗੀ ਹੈ ਜੀ ਅੱਛਾ ਜੀ ਤਾਂ ਅਸੀਂ ਤੁਰੰਤ ਆਪਣੀ ਮਰਾਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਜੀ ਮੌਕੇ ਤੇ ਪਹੁੰਚੇ ਤਾਂ ਮੌਕੇ ਤੇ ਇੱਕ ਬੌਡ ਸੀ ਤੇ ਵਿੱਚ ਇੱਕ CNG ਕਿੱਟ ਸੀ ਲੱਗੀ ਹੋਈ ਇਹਦੇ ਜੀ ਜਿਹਨੂੰ ਆਪਾਂ ਨੇ CNG ਕਿੱਟ ਸੀ ਉਹਨੂੰ ਫਟਣ ਤੋਂ ਬਚਾਇਆ ਜੀ ਤੇ ਬਾਕੀ ਜੋ ਫੈਮਿਲੀ ਸੀ ਉਹ ਹਸਪੀਟਲ ਵਿੱਚ ਦਾਖਲ ਆਈ ਜੀ ਤੇ ਬਚਾ ਰਹਿ ਗਿਆ ਉਹਨਾਂ ਦੇ ਯਾਨੀ ਮੇਜਰ ਸੱਟਾਂ ਨਹੀਂ ਗਏ ਬੱਚੇ ਸੀਗੇ ਨਾਲ ਤੇ ਯਾਨੀ ਅੱਗ ਦੇ ਮੌਕੇ ਤੇ ਕਾਬੂ ਪਾ ਲਿਆ ਜੀ ਠੀਕ ਹੈ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਬਸ ਆ ਗੱਡੀ ਜਲ ਗਈ ਜੀ ਬਾਕੀ ਤਾਂ ਬੱਚੇ ਬੁੱਚੇ ਪਰਿਵਾਰ ਸਾਰਾ ਵੱਜ ਗਿਆ ਜੀ ਉਹ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨਾਂ ਦੇ ਕੀ ਕਾਰਨ ਸੀਗਾ ਅੱਗ ਲੱਗਣ ਦਾ ਜੀ ਕਾਰਨ ਸੀਗਾ ਜੀ ਉਹ ਸਾਹਮਣੇ ਡਿਵਾਈਡਰ ਨਾਲ ਗੱਡੀ ਟਕਰਾਈ ਜੀ ਉੱਥੇ ਅੱਛਾ ਜੀ ਉਹ ਡਿਵਾਈਡਰ ਨਾਲ ਟਕਰਾ ਕੇ ਗੱਡੀ ਇੱਧਰ ਫੁੱਟਪਾਥ ਦੇ ਉੱਪਰ ਚੜ੍ਹ ਗਈ ਆ ਗਈ ਜੀ ਸਾਈਡ ਤੇ ਜੀ ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਜੀ ਤੇ ਵਿੱਚ CNG ਕਿੱਟ ਲੱਗੀ ਹੋਈ ਜੀ ਤੇ ਉਧਰੋਂ ਇੱਕ ਗੱਡੀ ਆ ਰਹੀ ਸੀ ਹੈਵੀ ਵਹੀਕਲ ਸੀਗਾ ਜੋ ਲੱਗਿਆ ਲੱਗਾ ਉਹਦੇ ਬਚਾਉਣ ਕਰਕੇ ਗੱਡੀ ਡਿਵਾਈਡਰ ਨਾਲ ਲੱਗ ਗਈ ਜੀ ਡਿਵਾਈਡਰ ਤੋਂ ਬਚਾਉਂਦੇ ਗੱਡੀ ਇੱਧਰ ਖਮਾਣ ਵਾਲੇ ਪੁੱਲ ਤੋਂ ਨੀਚੇ ਨੂੰ ਹੋ ਗਈ ਜੀ ਤੋਂ ਵੱਜਣ ਕਰਕੇ ਡਿਵਾਈਡਰ ਤੇ ਉਹਦੇ ਵਿੱਚ ਅੱਗ ਲੱਗ ਗਈ ਜੀ ਚਲੋ ਬਚਾ ਹੋ ਗਏ ਜੀ ਸਾਰਾ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਨਹੀਂ ਥੋੜੀਆਂ ਬਹੁਤੀਆਂ ਸੱਟਾਂ ਹੈਗੀਆਂ ਕਿੱਥੋਂ ਆਏ ਸੀਗੇ ਮੋਹਾਲੀ ਤੋਂ ਅੱਛਾ ਜੀ ਕਿੱਥੇ ਜਾਣਾ ਸੀਗਾ ਫਿਰੋਜ਼ਪੁਰ ਸ਼ਹਿਰ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਜੀ ਵਿੱਚ 4 ਪਰਸਨ ਸੀ ਇੱਕ ਬੱਚਾ ਸੀ ਜੀ ਅੱਛਾ ਸਭ ਦਾ ਬਚਾ ਹੋ ਗਿਆ ਜੀ ਹਾਂਜੀ ਹਾਂਜੀ ਕੋਈ ਸੱਟਾ ਸੁੱਟ ਤਾਂ ਨਹੀਂ ਲੱਗੀ ਜੀ ਥੋੜੀ ਬਹੁਤੀ ਆ ਥੋੜੀ ਬਹੁਤੀ 1 ਘੰਟਾ ਪਹਿਲਾਂ ਫੋਨ ਆਇਆ ਸੀਗਾ ਜੀ ਜੀ ਤੇ ਕਹਿੰਦੇ ਵੀ ਖਵਾਉਣ ਕਾਰ ਰੋਕ ਲੱਗੀ ਹੈ ਜੀ ਅੱਛਾ ਜੀ ਤਾਂ ਅਸੀਂ ਤੁਰੰਤ ਆਪਣੀ ਮਰਾਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਜੀ ਹਾਂਜੀ ਮੌਕੇ ਤੇ ਪਹੁੰਚੇ ਤਾਂ ਮੌਕੇ ਤੇ ਇੱਕ ਬੌਡ ਸੀ ਤੇ ਵਿੱਚ ਇੱਕ CNG ਕਿੱਟ ਸੀ ਲੱਗੀ ਹੋਈ ਇਹਦੇ ਜੀ ਜਿਹਨੂੰ ਆਪਾਂ ਨੇ CNG ਕਿੱਟ ਸੀ ਉਹਨੂੰ ਫਟਣ ਤੋਂ ਬਚਾਇਆ ਜੀ ਤੇ ਬਾਕੀ ਜੋ ਫੈਮਿਲੀ ਸੀ ਉਹ ਹਸਪੀਟਲ ਵਿੱਚ ਦਾਖਲ ਆਈ ਜੀ ਤੇ ਬਚਾ ਰਹਿ ਗਿਆ ਉਹਨਾਂ ਦੇ ਯਾਨੀ ਮੇਜਰ ਸੱਟਾਂ ਨਹੀਂ ਗਏ ਬੱਚੇ ਸੀਗੇ ਨਾਲ ਤੇ ਯਾਨੀ ਅੱਗ ਦੇ ਮੌਕੇ ਤੇ ਕਾਬੂ ਪਾ ਲਿਆ ਜੀ ਠੀਕ ਹੈ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਬਸ ਆ ਗੱਡੀ ਜਲ ਗਈ ਜੀ ਬਾਕੀ ਤਾਂ ਬੱਚੇ ਬੁੱਚੇ ਪਰਿਵਾਰ ਸਾਰਾ ਵੱਜ ਗਿਆ ਜੀ ਉਹ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨਾਂ ਦੇ ਕੀ ਕਾਰਨ ਸੀਗਾ ਅੱਗ ਲੱਗਣ ਦਾ ਜੀ ਕਾਰਨ ਸੀਗਾ ਜੀ ਉਹ ਸਾਹਮਣੇ ਡਿਵਾਈਡਰ ਨਾਲ ਗੱਡੀ ਟਕਰਾਈ ਜੀ ਉੱਥੇ ਅੱਛਾ ਜੀ ਉਹ ਡਿਵਾਈਡਰ ਨਾਲ ਟਕਰਾ ਕੇ ਗੱਡੀ ਇੱਧਰ ਫੁੱਟਪਾਥ ਦੇ ਉੱਪਰ ਚੜ੍ਹ ਗਈ ਆ ਗਈ ਜੀ ਸਾਈਡ ਤੇ ਜੀ ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗੀ ਜੀ ਤੇ ਵਿੱਚ CNG ਕਿੱਟ ਲੱਗੀ ਹੋਈ ਜੀ ਤੇ ਉਧਰੋਂ ਇੱਕ ਗੱਡੀ ਆ ਰਹੀ ਸੀ ਹੈਵੀ ਵਹੀਕਲ ਸੀਗਾ ਤੇ ਉਹਦੋਂ ਜੋ ਲੱਗਿਆ ਲੱਗਾ ਉਹਦੇ ਬਚਾਉਣ ਕਰਕੇ ਗੱਡੀ ਡਿਵਾਈਡਰ ਨਾਲ ਲੱਗ ਗਈ ਜੀ ਡਿਵਾਈਡਰ ਤੋਂ ਬਚਾਉਂਦੇ ਗੱਡੀ ਇੱਧਰ ਖਮਾਣ ਵਾਲੇ ਪੁੱਲ ਤੋਂ ਨੀਚੇ ਨੂੰ ਹੋ ਗਈ ਜੀ ਤੋਂ ਵੱਜਣ ਕਰਕੇ ਡਿਵਾਈਡਰ ਤੇ ਉਹਦੇ ਵਿੱਚ ਅੱਗ ਲੱਗ ਗਈ ਜੀ ਚਲੋ ਬਚਾ ਹੋ ਗਿਆ ਜੀ ਸਾਰਾ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਨਹੀਂ ਥੋੜੀਆਂ ਬਹੁਤੀਆਂ ਸੱਟਾਂ ਹੈਗੀਆਂ ਕਿੱਥੋਂ ਆਏ ਸੀਗੇ ਮੋਹਾਲੀ ਤੋਂ ਅੱਛਾ ਜੀ ਕਿੱਥੇ ਜਾਣਾ ਸੀਗਾ ਫਿਰੋਜ਼ਪੁਰ ਸ਼ਹਿਰ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਜੀ ਵਿੱਚ 4 ਪਰਸਨ ਸੀ ਇੱਕ ਬੱਚਾ ਸੀ ਜੀ ਅੱਛਾ ਸਭ ਦਾ ਬਚਾ ਹੋ ਗਿਆ ਜੀ ਹਾਂਜੀ ਹਾਂਜੀ ਕੋਈ ਸੱਟਾ ਸੁੱਟ ਤਾਂ ਨਹੀਂ ਲੱਗੀ ਜੀ ਥੋੜੀ ਬਹੁਤੀ ਆ ਥੋੜੀ ਬਹੁਤੀ 1 ਘੰਟਾ ਪਹਿਲਾਂ ਫੋਨ ਆਇਆ ਸੀਗਾ ਜੀ ਜੀ ਤੇ ਕਹਿੰਦੇ ਵੀ ਖਵਾਉਣ ਕਾਰ ਰੋਕ ਲੱਗੀ ਹੈ ਜੀ ਅੱਛਾ ਜੀ ਤਾਂ ਅਸੀਂ ਤੁਰੰਤ ਆਪਣੀ ਮਰਾਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਜੀ ਹਾਂਜੀ ਮੌਕੇ ਤੇ ਪਹੁੰਚੇ ਤਾਂ ਮੌਕੇ ਤੇ ਇੱਕ ਬੌਡ ਸੀ ਤੇ ਵਿੱਚ ਇੱਕ CNG ਕਿੱਟ ਸੀ ਲੱਗੀ ਹੋਈ ਇਹਦੇ ਜੀ ਜਿਹਨੂੰ ਆਪਾਂ ਨੇ CNG ਕਿੱਟ ਸੀ ਉਹਨੂੰ ਫਟਣ ਤੋਂ ਬਚਾਇਆ ਜੀ ਤੇ ਬਾਕੀ ਜੋ ਫੈਮਿਲੀ ਸੀ ਉਹ ਹਸਪੀਟਲ ਵਿੱਚ ਦਾਖਲ ਆਈ ਜੀ ਤੇ ਬਚਾ ਰਹਿ ਗਿਆ ਉਹਨਾਂ ਦੇ ਯਾਨੀ ਮੇਜਰ ਸੱਟਾਂ ਨਹੀਂ ਗਏ ਬੱਚੇ ਸੀਗੇ ਨਾਲ ਤੇ ਯਾਨੀ ਅੱਗ ਦੇ ਮੌਕੇ ਤੇ ਕਾਬੂ ਪਾ ਲਿਆ ਜੀ ਠੀਕ ਹੈ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਬਸ ਆ ਗੱਡੀ ਜਲ ਗਈ ਜੀ ਬਾਕੀ ਤਾਂ ਬੱਚੇ ਬੁੱਚੇ ਪਰਿਵਾਰ ਸਾਰਾ ਵੱਜ ਗਿਆ ਜੀ ਉਹ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨਾਂ ਦੇ ਕੀ ਕਾਰਨ ਸੀਗਾ ਅੱਗ ਲੱਗਣ ਦਾ ਜੀ ਕਾਰਨ ਸੀਗਾ ਜੀ ਉਹ ਸਾਹਮਣੇ ਡਿਵਾਈਡਰ ਨਾਲ ਗੱਡੀ ਟਕਰਾਈ ਜੀ ਉੱਥੇ ਅੱਛਾ ਜੀ ਉਹ ਡਿਵਾਈਡਰ ਨਾਲ ਟਕਰਾ ਕੇ ਗੱਡੀ ਇੱਧਰ ਫੁੱਟਪਾਥ ਦੇ ਉੱਪਰ ਚੜ੍ਹ ਗਈ ਆ ਗਈ ਜੀ ਸਾਈਡ ਤੇ ਜੀ ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗੀ ਜੀ ਤੇ ਵਿੱਚ CNG ਕਿੱਟ ਲੱਗੀ ਹੋਈ ਜੀ ਤੇ ਉਧਰੋਂ ਇੱਕ ਗੱਡੀ ਆ ਰਹੀ ਸੀ ਹੈਵੀ ਵਹੀਕਲ ਸੀਗਾ ਤੇ ਉਹਦੋਂ ਜੋ ਲੱਗਿਆ ਲੱਗਾ ਉਹਦੇ ਬਚਾਉਣ ਕਰਕੇ ਗੱਡੀ ਡਿਵਾਈਡਰ ਨਾਲ ਲੱਗ ਗਈ ਜੀ ਡਿਵਾਈਡਰ ਤੋਂ ਬਚਾਉਂਦੇ ਗੱਡੀ ਇੱਧਰ ਖਮਾਣ ਵਾਲੇ ਪੁੱਲ ਤੋਂ ਨੀਚੇ ਨੂੰ ਹੋ ਗਈ ਜੀ ਤੋਂ ਵੱਜਣ ਕਰਕੇ ਡਿਵਾਈਡਰ ਤੇ ਉਹਦੇ ਵਿੱਚ ਅੱਗ ਲੱਗ ਗਈ ਜੀ ਚਲੋ ਬਚਾ ਹੋ ਗਿਆ ਜੀ ਸਾਰਾ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਨਹੀਂ ਥੋੜੀਆਂ ਬਹੁਤੀਆਂ ਸੱਟਾਂ ਹੈਗੀਆਂ ਕਿੱਥੋਂ ਆਏ ਸੀਗੇ ਮੋਹਾਲੀ ਤੋਂ ਅੱਛਾ ਜੀ ਕਿੱਥੇ ਜਾਣਾ ਸੀਗਾ ਫਿਰੋਜ਼ਪੁਰ ਸ਼ਹਿਰ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਜੀ ਵਿੱਚ 4 ਪਰਸਨ ਸੀ ਇੱਕ ਬੱਚਾ ਸੀ ਜੀ ਅੱਛਾ ਸਭ ਦਾ ਬਚਾ ਹੋ ਗਿਆ ਜੀ ਹਾਂਜੀ ਹਾਂਜੀ ਕੋਈ ਸੱਟਾ ਸੁੱਟ ਤਾਂ ਨਹੀਂ ਲੱਗੀ ਜੀ ਥੋੜੀ ਬਹੁਤੀ ਆ ਥੋੜੀ ਬਹੁਤੀ